ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਦੱਸ ਦਈਏ ਕਿ ਪ੍ਰੀਖਿਆਵਾਂ ਦੀ ਰੀਵੈਲੂਏਸ਼ਨ ਬੰਦ ਕੀਤੀ ਗਈ ਹੈ। ਬਕਾਇਦਾ ਸਿੱਖਿਆ ਬੋਰਡ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਫੈਸਲੇ ਦੇ ਅਨੁਸਾਰ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਤਾਂ ਪ੍ਰੀਖਿਆ ਦਾ ਮੁੜ ਮੁਲਾਂਕਣ ਨਹੀਂ ਹੋਵੇਗਾ। ਬੋਰਡ ਨੇ ਇਹ ਸਹੂਲਤ 2023-24 ਤੋਂ ਬੰਦ ਕੀਤੀ ਹੈ। ਬੋਰਡ ਨੇ ਬਕਾਇਦਾ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਬੋਰਡ ਦਾ ਮੰਨਣਾ ਹੈ ਕਿ ਮੁੜ ਮੁਲਾਂਕਣ ਨਤੀਜੇ ਦੇ ਵਿੱਚ ਦੇਰੀ ਕਰਦਾ ਹੈ, ਕਈ ਵਾਰ ਮੈਰਿਟ ਸੂਚੀ ਦੇ ਵਿੱਚ ਬਦਲਾਅ ਕਰਨੇ ਪੈਂਦੇ ਨੇ। ਹੁਣ ਵਿਦਿਆਰਥੀਆਂ ਨੂੰ ਸਿਰਫ ਰੀਚੈਕਿੰਗ ਦੀ ਸਹੂਲਤ ਹੀ ਮਿਲੇਗੀ। ਬੋਰਡ ਦੇ ਚੇਅਰਪਰਸਨ ਦੇ ਮੁਤਾਬਿਕ ਵਿਦਿਆਰਥੀ ਸਿਰਫ ਰੀਚੈਕਿੰਗ ਹੀ ਕਰਵਾ ਸਕਦੇ ਨੇ। CBSE ਦੇ ਵਿੱਚ ਵੀ ਰੀਚੈਕਿੰਗ ਦੀ ਸਹੂਲਤ ਹੀ ਹੈ। ਸੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਪਹਿਲਾਂ ਵਿਦਿਆਰਥੀ ਜੇਕਰ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਸੀ ਜਾਂ ਫੇਲ ਹੋ ਜਾਂਦੇ ਸੀ ਤਾਂ ਉਹ ਫੀਸ ਭਰ ਕੇ ਆਪਣੇ ਪੇਪਰ ਨੂੰ ਦੁਬਾਰਾ ਚੈੱਕ ਕਰਵਾ ਲੈਂਦੇ ਸੀ, ਜਿਸ ਨੂੰ ਰੀਵੈਲੂਏਸ਼ਨ ਕਿਹਾ ਜਾਂਦਾ ਸੀ। ਕਈ ਵਾਰ ਵਿਦਿਆਰਥੀ ਪਾਸ ਹੋ ਜਾਂਦੇ ਸੀ ਔਰ ਕਈ ਵਾਰ ਉਹਨਾਂ ਦੇ ਨੰਬਰ ਉਸ ਤੋਂ ਵੀ ਘੱਟ ਜਾਂਦੇ ਸੀ। ਸੋ ਇਹ ਸਹੂਲਤਾਂ ਜਿਹੜੀ ਬੰਦ ਕਰ ਦਿੱਤੀ, ਹੁਣ ਸਿਰਫ ਵਿਦਿਆਰਥੀ ਰੀਚੈਕਿੰਗ ਹੀ ਕਰਵਾ ਸਕਦੇ ਨੇ। ਰੀਚੈਕਿੰਗ ਦੇ ਵਿੱਚ ਕੀ ਹੁੰਦਾ? ਰੀਚੈਕਿੰਗ ਦੇ ਵਿੱਚ ਸਿਰਫ ਦਿੱਤੇ ਗਏ ਨੰਬਰਾਂ ਦਾ ਦੁਬਾਰਾ ਨਿਰੀਖਣ ਹੁੰਦਾ, ਉਹਨਾਂ ਨੰਬਰਾਂ ਨੂੰ ਮੁੜ ਤੋਂ ਜੋੜਿਆ ਜਾਂਦਾ, ਇਹ ਨੰਬਰ ਸਹੀ ਜੋੜੇ ਗਏ ਨੇ ਜਾਂ ਗਲਤ, ਇਸ ਦਾ ਮੁਲਾਂਕਣ ਹੁੰਦਾ। ਰੀਵੈਲੂਏਸ਼ਨ ਦੇ ਵਿੱਚ ਪੇਪਰ ਦੁਬਾਰਾ ਚੈੱਕ ਹੁੰਦਾ ਸੀ। ਸੋ ਹੁਣ ਉਹ ਸਹੂਲਤਾਂ ਜਿਹੜੀ ਉਹ ਸਿੱਖਿਆ ਬੋਰਡ ਦੇ ਵੱਲੋਂ ਬੰਦ ਕੀਤੀ ਗਈ। ਤਰਕ ਹੈ ਕਿ ਕਈ ਵਾਰ ਮੈਰਿਟ ਸੂਚੀ ਦੇ ਵਿੱਚ ਬਦਲਾਅ ਕਰਨੇ ਪੈਂਦੇ ਨੇ ਔਰ ਮੁਲਾਂਕਣ ਨਤੀਜੇ ਦੇ ਵਿੱਚ ਦੇਰੀ ਹੋ ਜਾਂਦੀ ਆ, ਇਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਰੀਵੈਲੂਏਸ਼ਨ ਬੰਦ ਕੀਤੀ ਗਈ। ਹੁਣ ਸਿਰਫ ਵਿਦਿਆਰਥੀ ਰੀਚੈਕਿੰਗ ਹੀ ਕਰਵਾ ਸਕਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਦੱਸ ਦਈਏ ਕਿ ਪ੍ਰੀਖਿਆਵਾਂ ਦੀ ਰੀਵੈਲੂਏਸ਼ਨ ਬੰਦ ਕੀਤੀ ਗਈ ਹੈ। ਬਕਾਇਦਾ ਸਿੱਖਿਆ ਬੋਰਡ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਫੈਸਲੇ ਦੇ ਅਨੁਸਾਰ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਤਾਂ ਪ੍ਰੀਖਿਆ ਦਾ ਮੁੜ ਮੁਲਾਂਕਣ ਨਹੀਂ ਹੋਵੇਗਾ। ਬੋਰਡ ਨੇ ਇਹ ਸਹੂਲਤ 2023-24 ਤੋਂ ਬੰਦ ਕੀਤੀ ਹੈ। ਬੋਰਡ ਨੇ ਬਕਾਇਦਾ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਬੋਰਡ ਦਾ ਮੰਨਣਾ ਹੈ ਕਿ ਮੁੜ ਮੁਲਾਂਕਣ ਨਤੀਜੇ ਦੇ ਵਿੱਚ ਦੇਰੀ ਕਰਦਾ ਹੈ, ਕਈ ਵਾਰ ਮੈਰਿਟ ਸੂਚੀ ਦੇ ਵਿੱਚ ਬਦਲਾਅ ਕਰਨੇ ਪੈਂਦੇ ਨੇ। ਹੁਣ ਵਿਦਿਆਰਥੀਆਂ ਨੂੰ ਸਿਰਫ ਰੀਚੈਕਿੰਗ ਦੀ ਸਹੂਲਤ ਹੀ ਮਿਲੇਗੀ। ਬੋਰਡ ਦੇ ਚੇਅਰਪਰਸਨ ਦੇ ਮੁਤਾਬਿਕ ਵਿਦਿਆਰਥੀ ਸਿਰਫ ਰੀਚੈਕਿੰਗ ਹੀ ਕਰਵਾ ਸਕਦੇ ਨੇ। CBSE ਦੇ ਵਿੱਚ ਵੀ ਰੀਚੈਕਿੰਗ ਦੀ ਸਹੂਲਤ ਹੀ ਹੈ। ਸੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਪਹਿਲਾਂ ਵਿਦਿਆਰਥੀ ਜੇਕਰ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਸੀ ਜਾਂ ਫੇਲ ਹੋ ਜਾਂਦੇ ਸੀ ਤਾਂ ਉਹ ਫੀਸ ਭਰ ਕੇ ਆਪਣੇ ਪੇਪਰ ਨੂੰ ਦੁਬਾਰਾ ਚੈੱਕ ਕਰਵਾ ਲੈਂਦੇ ਸੀ, ਜਿਸ ਨੂੰ ਰੀਵੈਲੂਏਸ਼ਨ ਕਿਹਾ ਜਾਂਦਾ ਸੀ। ਕਈ ਵਾਰ ਵਿਦਿਆਰਥੀ ਪਾਸ ਹੋ ਜਾਂਦੇ ਸੀ ਔਰ ਕਈ ਵਾਰ ਉਹਨਾਂ ਦੇ ਨੰਬਰ ਉਸ ਤੋਂ ਵੀ ਘੱਟ ਜਾਂਦੇ ਸੀ। ਸੋ ਇਹ ਸਹੂਲਤਾਂ ਜਿਹੜੀ ਬੰਦ ਕਰ ਦਿੱਤੀ, ਹੁਣ ਸਿਰਫ ਵਿਦਿਆਰਥੀ ਰੀਚੈਕਿੰਗ ਹੀ ਕਰਵਾ ਸਕਦੇ ਨੇ। ਰੀਚੈਕਿੰਗ ਦੇ ਵਿੱਚ ਕੀ ਹੁੰਦਾ? ਰੀਚੈਕਿੰਗ ਦੇ ਵਿੱਚ ਸਿਰਫ ਦਿੱਤੇ ਗਏ ਨੰਬਰਾਂ ਦਾ ਦੁਬਾਰਾ ਨਿਰੀਖਣ ਹੁੰਦਾ, ਉਹਨਾਂ ਨੰਬਰਾਂ ਨੂੰ ਮੁੜ ਤੋਂ ਜੋੜਿਆ ਜਾਂਦਾ, ਇਹ ਨੰਬਰ ਸਹੀ ਜੋੜੇ ਗਏ ਨੇ ਜਾਂ ਗਲਤ, ਇਸ ਦਾ ਮੁਲਾਂਕਣ ਹੁੰਦਾ। ਰੀਵੈਲੂਏਸ਼ਨ ਦੇ ਵਿੱਚ ਪੇਪਰ ਦੁਬਾਰਾ ਚੈੱਕ ਹੁੰਦਾ ਸੀ। ਸੋ ਹੁਣ ਉਹ ਸਹੂਲਤਾਂ ਜਿਹੜੀ ਉਹ ਸਿੱਖਿਆ ਬੋਰਡ ਦੇ ਵੱਲੋਂ ਬੰਦ ਕੀਤੀ ਗਈ। ਤਰਕ ਹੈ ਕਿ ਕਈ ਵਾਰ ਮੈਰਿਟ ਸੂਚੀ ਦੇ ਵਿੱਚ ਬਦਲਾਅ ਕਰਨੇ ਪੈਂਦੇ ਨੇ ਔਰ ਮੁਲਾਂਕਣ ਨਤੀਜੇ ਦੇ ਵਿੱਚ ਦੇਰੀ ਹੋ ਜਾਂਦੀ ਆ, ਇਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਰੀਵੈਲੂਏਸ਼ਨ ਬੰਦ ਕੀਤੀ ਗਈ। ਹੁਣ ਸਿਰਫ ਵਿਦਿਆਰਥੀ ਰੀਚੈਕਿੰਗ ਹੀ ਕਰਵਾ ਸਕਦੇ ਨੇ।